ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਵੱਲੋਂ ਇੱਕ ਖਾਸ ਮੁਖਬਰ ਦੀ ਇਤਲਾਹ 'ਤੇ ਮੋਗਾ ਦੇ ਸੰਧੂਆਂ ਵਾਲਾ ਰੋਡ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਬਲੈਰੋ ਕੈਂਪਰ ਗੱਡੀ ਵਿੱਚੋਂ 235 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਦਕਿ ਹਨੇਰੇ ਦਾ ਫਾਇਦਾ ਉਠਾਉਂਦਿਆਂ ਸ਼ਰਾਬ ਕਾਰੋਬਾਰੀ ਆਪਣੀਆਂ ਗੱਡੀਆਂ ਛੱਡ ਕੇ ਭੱਜਣ ਵਿੱਚ ਸਫਲ ਹੋ ਗਏ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ, ਪਰ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਸਾਡੇ ਏਐਸਸੀ ਸੰਦੀਪ ਸਿੰਘ ਜਿਹੜਾ ਸਮੇਤ ਪੁਲਿਸ ਪਾਰਟੀ ਗਸ਼ਤ 'ਤੇ ਸੀ ਅਤੇ ਉਹ ਸੰਧੂਆਂ ਵਾਲੇ ਜਿਹੜਾ ਬੋਰਡ 'ਤੇ ਉਹਨੂੰ ਨੌਕਰੀ ਮਿਲੀ ਸੀ ਅਤੇ ਵੀ ਇਸ ਤਰ੍ਹਾਂ ਬਾਹਰ ਦੀਆਂ ਸਟੇਟਾਂ ਤੋਂ ਸ਼ਰਾਬ ਲਿਆ ਕੇ ਜਿਹੜਾ ਵੇਚਦੇ ਆ ਅਤੇ ਉਹਨੇ ਉੱਥੇ ਨਾਕਾ ਲਾ ਕੇ ਜਿਹੜਾ ਇੱਕ ਬਲੈਰੋ ਗੱਡੀ ਕਾਬੂ ਕੀਤੀ ਜਿਹਦੇ ਵਿੱਚੋਂ 235 ਪੇਟੀਆਂ ਐਵਰੀ ਡੇ ਮਾਰਕਾ ਸ਼ਰਾਬ ਜਿਹੜੀ ਚੰਡੀਗੜ੍ਹ ਦੀ ਬਣੀ ਬਰਾਮਦ ਹੋਈ। ਕਿੰਨੇ ਲੋਕ ਸੀਗੇ ਜੀ ਗੱਡੀ? 4 ਬੰਦੇ ਸੀ ਜਿਹੜੇ ਅਰੈਸਟ ਹੋਇਆ, ਕਰਮਾਂ ਦਰਜ ਕੀਤਾ ਗਿਆ, ਅਰੈਸਟ ਅਜੇ ਕੋਈ ਨਹੀਂ ਹੋਇਆ। ਪਤਾ ਲੱਗਿਆ ਵੀ ਕਿਹੜੇ ਬੰਦੇ ਕਿੱਥੋਂ ਦੇ ਰਹਿਣ ਵਾਲੇ ਸੀਗੇ? ਹਾਂ, ਇਹ ਬੁੱਟਰ ਪਿੰਡ ਦੇ ਆ, 4 ਜਣੇ ਜੀ, ਬਾਕੀ ਕਰ ਰਹੇ ਹਾਂ ਜਾਂਚ। ਇਹ ਜਿਹੜੀ ਸ਼ਰਾਬ ਸੀਗੀ ਸਾਰੀ ਨਜਾਇਜ਼ ਸ਼ਰਾਬ ਹੈ ਜੀ? ਹਾਂਜੀ, ਨਜਾਇਜ਼ ਸ਼ਰਾਬ। ਕੋਈ ਗੱਡੀ ਦੇ ਨੰਬਰ ਤੋਂ ਪਤਾ ਲੱਗਿਆ ਵੀ ਕਿੱਥੋਂ ਦੀ ਹੈਗੀ ਹੈ, ਕਿੱਥੋਂ ਆ ਰਹੇ ਸੀਗੇ? ਗੱਡੀ ਦੇ ਇਹਦੇ ਨੰਬਰ ਨਹੀਂ ਉੱਪਰ ਲੱਗਾ ਹੋਇਆ ਸੀ, ਉਹ ਇਹਦੀ ਚੈਸੀ ਵਗੈਰਾ ਜਿਹੜਾ ਚੈੱਕ ਕਰਕੇ ਉਹ ਕਰਦੇ ਹਾਂ ਪਤਾ ਮਾਲਕ ਆਉਣੇ ਦਾ। ਕਿਹੜੀ ਧਾਰਾ ਦਾ ਮਾਮਲਾ ਦਰਜ ਕੀਤਾ? ਅਸੀਂ 61 14 ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ।